ਖੁਦਾਵੰਦ ਪ੍ਰਭੂ ਯਿਸੂ ਮਸੀਹ ਆਪ ਸਭ ਨੂੰ ਬਹੁਤ ਬਹੁਤ ਆਸ਼ੀਸ਼ ਦੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਲੋਕ ਤੁਹਾਨੂੰ ਵਿਹਲਾ ਦੱਸਦੇ ਨੇ, ਤੁਹਾਨੂੰ ਨਿਕੰਮਾ ਦੱਸਦੇ ਨੇ, ਤੁਹਾਡੇ ਉੱਤੇ ਵੀ ਪਰਮੇਸ਼ੁਰ ਦਾ ਦਇਆ ਵਾਲਾ ਹੱਥ ਹੈ, ਤੁਹਾਡੇ 'ਤੇ ਵੀ ਪਰਮੇਸ਼ੁਰ ਦੀ ਕਿਰਪਾ ਹੈ, ਔਰ ਉਸ ਦੇ ਪਿੱਛੇ ਵੀ ਪਰਮੇਸ਼ੁਰ ਦੀ ਇੱਕ ਪਲੈਨਿੰਗ ਹੈ। ਸੋ ਆਈਏ ਪ੍ਰਭੂ ਦੇ ਦਾਸ ਤੋਂ ਇਸ ਦੇ ਬਾਰੇ ਸੁਣਦੇ ਹਾਂ। ਇੱਕ ਵਾਰ ਇੱਕ ਬੰਦਾ ਸੀਗਾ ਅਤੇ ਉਹਦੇ 4 ਪੁੱਤਰ ਸੀਗੇ। ਇੱਕ ਪੁੱਤ ਦੇ ਉੱਤੇ ਰੱਬ ਦੀ ਕਿਰਪਾ ਹੋਈ, ਉਹ ਅਮਰੀਕਾ 'ਚ ਸੈਟਲ ਹੋ ਗਿਆ। ਦੂਜੇ ਦੇ ਉੱਤੇ ਰੱਬ ਦੀ ਕਿਰਪਾ ਹੋਈ, ਉਹ ਕੈਨੇਡਾ 'ਚ ਸੈਟਲ ਹੋ ਗਿਆ। ਤੀਜੇ ਦੇ ਉੱਤੇ ਰੱਬ ਦੀ ਕਿਰਪਾ ਹੋਈ, ਉਹ SDM ਬਣ ਗਿਆ। ਉਹ ਤਿੰਨੇ ਬਾਪ ਤੋਂ ਵੱਖਰੇ ਰਹਿਣ ਲੱਗ ਪਿਆ। ਚੌਥੇ ਨੇ ਬੜੀ ਮਿਹਨਤ ਕੀਤੀ, ਕੁਛ ਨਹੀਂ ਬਣਿਆ, ਉਹ ਘਰੇ ਰਹਿਣ ਲੱਗ ਪਿਆ। ਟੈਨਸ਼ਨ 'ਚ ਰਾਤ ਦਿਨ ਉਹਦਾ ਗੁਜ਼ਰਦਾ ਸੀ। ਇੱਕ ਦਿਨ ਉਹਨਾਂ ਦਾ ਬਾਪੂ ਬੜਾ ਬਿਮਾਰ ਹੋ ਗਿਆ। ਉਹਨੇ ਫੋਨ ਕੀਤਾ ਆਪਦੇ ਪੁੱਤ ਨੂੰ ਜਿਹੜਾ ਅਮਰੀਕਾ 'ਚ, ਕਹਿੰਦਾ ਪੁੱਤ ਮੇਰੀ ਜ਼ਿੰਦਗੀ ਸਾਹਵਾਂ 'ਤੇ। ਉਹ ਕਹਿੰਦਾ ਬਾਪੂ ਪੈਸਾ ਦੱਸ ਕਿੰਨਾ ਚਾਹੀਦਾ, ਮੇਰੇ ਕੋਲ ਟਾਈਮ ਨਹੀਂ। ਉਹਨੇ ਕੈਨੇਡਾ ਵਾਲੇ ਨੂੰ ਫੋਨ ਕੀਤਾ ਅਤੇ ਕੈਨੇਡਾ ਵਾਲਾ ਕਹਿੰਦਾ ਬਾਪੂ ਪੈਸਾ ਦੱਸ ਕਿੰਨਾ ਚਾਹੀਦਾ, ਪਰ ਮੇਰੇ ਕੋਲ ਟਾਈਮ ਨਹੀਂ ਹੈਗਾ। ਉਹਨੇ SDM ਨੂੰ ਫੋਨ ਕੀਤਾ। SDM ਸਾਹਿਬ ਕਹਿੰਦੇ ਤੁਹਾਨੂੰ ਪਤਾ ਹੈ ਮੇਰੇ ਆਫਿਸ 'ਚ ਕਿੰਨਾ ਟਾਈਮ ਕੰਮ ਹੈ, ਕਿੰਨੇ ਮੈਂ ਕੰਮ ਕਰਨੇ ਨੇ, ਤੁਸੀਂ ਪੈਸਾ ਦੱਸੋ ਮੈਨੂੰ ਕਿੰਨਾ ਚਾਹੀਦਾ, ਪਰ ਮੇਰੇ ਕੋਲ ਟਾਈਮ ਨਹੀਂ ਹੈਗਾ ਨਹੀਂ ਹੈਗਾ। ਉਹਦਾ ਜਿਹੜਾ ਚੌਥਾ ਪੁੱਤ ਸੀਗਾ ਵਿਹਲਾ, ਉਹਨੇ ਚੁੱਕਿਆ ਬਾਪੂ ਨੂੰ ਅਤੇ ਹੋਸਪਿਟਲ 'ਚ ਲੈ ਗਿਆ। 2 ਮਹੀਨੇ ਹੋਸਪਿਟਲ ਦੇ ਵਿੱਚ ਉਹਨੇ ਲੈਟਰਿੰਗ ਬਾਥਰੂਮ ਬਾਪੂ ਦਾ ਚੱਕਿਆ, ਧੋਤਾ, ਉਹਨੂੰ ਬੜਾ ਸੋਹਣਾ ਤਰੀਕੇ ਨਾਲ ਨਵਾਇਆ ਧੋਇਆ, ਉਹਦੀ ਕੇਅਰ ਕੀਤੀ। ਇੱਕ ਦਿਨ ਡਾਕਟਰ ਉੱਥੇ ਆਇਆ ਐਮਰਜੈਂਸੀ, ਉਹਦੇ ਨਾਲ ਹੱਥ ਮਿਲਾਇਆ, ਕਹਿੰਦਾ ਬਾਪੂ ਅੱਜ ਅਸੀਂ ਤੈਨੂੰ ਛੁੱਟੀ ਦੇਣ ਵਾਲੇ ਹਾਂ, ਤੂੰ ਫਿੱਟ ਹੋ ਚੁੱਕਾ। ਬਾਪੂ ਬੜਾ ਖੁਸ਼ ਹੋਇਆ ਅਤੇ ਡਾਕਟਰ ਕਹਿੰਦਾ ਮੈਂ ਇੱਕ ਸਵਾਲ ਪੁੱਛਾਂ ਤੁਹਾਡੇ ਕੋਲੋਂ। ਕਹਿੰਦਾ ਪੁੱਛੋ। ਕਹਿੰਦਾ ਤੇਰੇ ਹੀਰੇ ਪੁੱਤ ਕਿੰਨੇ ਨੇ? ਬਾਪੂ ਨੇ ਬੜਾ ਹੱਸ ਕੇ ਜਵਾਬ ਦਿੱਤਾ, ਕਹਿੰਦਾ ਹੀਰੇ ਪੁੱਤ ਮੇਰੇ 3 ਨੇ, ਪਰ ਜਿਹੜਾ ਕੋਹੇ ਨੂਰ ਏ ਉਹ ਮੇਰੇ ਕੋਲ ਬੈਠਾ ਹੈ। ਖੁਦਾ ਦੇ ਲੋਕੋ, ਜਿਹੜਾ ਵਿਹਲਾ ਬੰਦਾ ਹੈ ਘਰ ਦੇ ਵਿੱਚ ਜਿਹਨੇ ਮਿਹਨਤ ਕੀਤੀ ਤੇ ਵਿਹਲਾ, ਉਹ ਐਵੇਂ ਨਹੀਂ ਵਿਹਲਾ, ਉਹਦੇ ਉੱਤੇ ਰੱਬ ਦੀ ਕਿਰਪਾ। ਜੇ ਕੋਈ ਬਿਮਾਰ ਹੈ ਤੇ ਕੰਮ ਕਿੰਨੇ ਹੋਣਾ ਹੈ? ਬੋਲੋ, ਵਿਹਲੇ ਨੇ। ਸਕੂਲੋਂ ਛੁੱਟੀ ਹੋਈ ਤੇ ਬੱਚੇ ਕਿੰਨੇ ਲਿਆਉਣੇ ਨੇ? ਵਿਹਲੇ ਨੇ। ਵਿਹਲੇ ਨੇ। ਛੱਡ ਕੇ ਕਿੰਨੇ ਆਉਣੇ ਨੇ? ਵਿਹਲੇ ਨੇ। ਹੋਸਪਿਟਲ ਦਾ ਕੋਈ ਕੰਮ ਹੈ ਤੇ ਕਿਹੜਾ ਕੰਮ ਆਉਣਾ? ਵਿਹਲਾ। ਥਾਣੇ ਦਾ ਕੰਮ ਹੈ ਤੇ ਕਿਹੜਾ ਕੰਮ ਆਉਣਾ? ਵਿਹਲਾ। ਵਿਹਲਾ। ਵਿਆਹ ਸ਼ਾਦੀ ਤੇ ਜਾਣਾ ਆਉਣਾ, ਕੋਈ ਸੁਨੇਹਾ ਪਤਾ ਦੇਣਾ ਤੇ ਕੰਮ ਕਿੰਨੇ ਆਉਣਾ? ਵਿਹਲਾ। ਵਿਹਲੇ। ਹਾਂਜੀ, ਬਾਜ਼ਾਰ 'ਚ ਸੌਦਾ ਲਿਆਉਣਾ ਤੇ ਕਿਹੜਾ ਕੰਮ ਆਉਣਾ? ਵਿਹਲਾ। ਜੇ ਪਿਆਹੀ ਸੁੱਟਣ ਜਾਣੀ ਤੇ ਕੰਮ ਕਿੰਨੇ ਆਉਣਾ? ਵਿਹਲਾ। ਵਿਹਲੇ। ਜੇ ਉਹ ਵਿਹਲਾ ਦੱਸੋ, ਉਹ ਖੁਦਾ ਦੇ ਲੋਕੋ, ਜਿਹੜਾ ਤੁਹਾਡੇ ਘਰ ਦੇ ਵਿੱਚ ਵਿਹਲਾ, ਉਹ ਐਵੇਂ ਨਹੀਂ ਵਿਹਲਾ, ਉਹਦੇ ਉੱਤੇ ਵੀ ਪ੍ਰਭੂ ਦੀ ਕਿਰਪਾ ਹੈ, ਉਹ 2 ਰੋਟੀਆਂ ਖਾਂਦਾ ਹੈ। ਰੱਬ ਦਾ ਧੰਨਵਾਦ ਕਰੋ।